ਕਬੱਡੀ ਸ਼ੇਰਾਂ ਦਾ ਜੁੱਧ ਵਾ। ਇਸ ਨੂੰ ਸ਼ੇਰ ਬਣ ਕੇ ਖੇਡਿਆ ਜਾਂਦਾ। ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਵਾਚ ਪੰਜਾਬੀ ਅਤੇ ਦੇਸੀ ਤੜਕਾ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅੱਜ ਅਸੀਂ ਕੁਝ ਗੱਲਾਂ ਬਾਤਾਂ ਉਸ ਕਬੱਡੀ ਦੇ ਖਿਡਾਰੀ ਬਾਰੇ ਕਰਾਂਗੇ ਜਿਸ ਨੇ ਪੰਜਾਬ ਦੀ ਖੇਡ ਕਬੱਡੀ ਦਾ ਨਾਮ ਪੰਜਾਬ ਤੋਂ ਲੈ ਕੇ ਦੇਸਾਂ ਪ੍ਰਦੇਸਾਂ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ। ਕੋਈ ਪੰਜਾਬੀ ਹੋਵੇਗਾ ਜਿਸ ਨੇ ਹਰਜੀਤ ਬਰਾੜ ਦੀ ਖੇਡ ਨੂੰ ਪਿਆਰ ਨਾ ਕੀਤਾ ਹੋਵੇ। ਜਿਸ ਨੇ ਕਬੱਡੀ ਦੇਖੀ ਉਹ ਹਰਜੀਤ ਦੀ ਕਬੱਡੀ ਦੇਖ ਹਰਜੀਤ ਦਾ ਮਰੀਦ ਹੋ ਕੇ ਰਹਿ ਗਿਆ। ਬੇਸ਼ੱਕ ਹਰਜੀਤ ਬਰਾੜ ਇਸ ਦੁਨੀਆ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਿਆ, ਪਰ ਉਸ ਦੀ ਖੇਡ ਅਤੇ ਉਸ ਦਾ ਸੁਭਾਅ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਦਾ। ਕਬੱਡੀ ਦੇ ਵਿੱਚ ਆਪਣਾ ਨਾਮ ਬਣਾਉਣ ਵਾਲਾ ਹਰਜੀਤ ਬਾਜਾਖਾਨਾ, ਹਰਜੀਤ ਬਰਾੜ ਬਾਜਾਖਾਨਾ ਕਬੱਡੀ ਦਾ ਉਹ ਖਿਡਾਰੀ ਸੀ ਜਿਸ ਦੀ ਪੂਰੀ ਦੁਨੀਆ ਦੇ ਵਿੱਚ ਬੈਠੇ ਪੰਜਾਬੀਆਂ ਦੇ ਵਿੱਚ ਆਮ ਚਰਚਾ ਰਹਿੰਦੀ ਸੀ। ਜਿੱਥੇ ਕਿਤੇ ਵੀ ਕਬੱਡੀ ਦਾ ਕੋਈ ਟੂਰਨਾਮੈਂਟ ਹੁੰਦਾ ਸੀ, ਬੱਚੇ, ਬੁੱਢੇ, ਜਵਾਨ ਅਤੇ ਉਸਦੇ ਸ਼ਕਤੀਸ਼ਾਲੀ ਜਿਸਮ ਦੇ ਕ੍ਰਿਸ਼ਮੇ ਨੂੰ ਦੇਖਣ ਜਾ ਪੁੱਜਦੇ। ਬੜੇ ਮਿੱਠੇ ਸੁਭਾਅ ਵਾਲਾ ਹਰਜੀਤ ਨਾ ਸਿਰਫ ਆਪਣੇ ਮਿੱਤਰਾਂ ਦੋਸਤਾਂ ਦੀ ਟੋਲੀ ਵਿੱਚ ਹਰਮਨ ਪਿਆਰਾ ਸੀ, ਸਗੋਂ ਉਹ ਜਿਸ ਨੂੰ ਵੀ ਮਿਲਦਾ ਸੀ ਉਸ ਨੂੰ ਆਪਣਾ ਬਣਾ ਲੈਂਦਾ ਸੀ। ਹਰਜੀਤ ਦਾ ਜਨਮ 5 ਦਸੰਬਰ 1971 ਜ਼ਿਲ੍ਹਾ ਫਰੀਦਕੋਟ ਦੇ ਕਸਬੇ ਬਾਜਾਖਾਨਾ ਵਿੱਚ ਸਰਦਾਰ ਬਖਸ਼ੀਸ਼ ਸਿੰਘ ਬਰਾੜ ਦੇ ਘਰ ਅਤੇ ਮਾਤਾ ਸਰਜੀਤ ਕੌਰ ਦੀ ਕੁੱਖੋਂ ਹੋਇਆ। ਪਿੰਡ ਬਾਜਾਖਾਨਾ ਦੇ ਸਕੂਲ ਵਿੱਚ ਪੜ੍ਹਦਿਆਂ ਹੀ ਉਸ ਨੇ ਪੰਜਾਬ ਸਟਾਈਲ ਕਬੱਡੀ ਦੇ ਨਾਲ ਨਾਲ ਨੈਸ਼ਨਲ ਸਟਾਈਲ ਕਬੱਡੀ ਵੀ ਖੇਡਣੀ ਸ਼ੁਰੂ ਕੀਤੀ। ਆਪਣੀ ਸਕੂਲ ਦੀ ਟੀਮ ਨੂੰ ਜ਼ਿਲ੍ਹੇ ਤੱਕ ਜਿਤਾਉਣ ਲਈ ਲੈ ਗਿਆ। ਪਹਿਲੇ ਸਾਲ ਹੀ ਉਹ ਤਲਵਾੜੇ ਸਕੂਲ ਮਿੰਨੀ ਵਿੱਚ ਉਹ ਭਾਗ ਲੈਣ ਲਈ ਪੁੱਜਿਆ ਅਤੇ ਇੱਥੋਂ ਹੀ ਪੰਜਾਬ ਦੀ ਟੀਮ ਵਿੱਚ ਚੁਣਿਆ ਗਿਆ ਅਤੇ ਜਿੱਥੇ ਵੀ ਮੈਚ ਹੋਣਾ ਧੁੰਮਾਂ ਪਾਉਂਦੇ ਨੇ ਜਿੱਤ ਕੇ ਵਾਪਸ ਆਉਣਾ। ਕਹਿੰਦੇ ਨੇ 18 ਸਾਲ ਤੱਕ ਪਹੁੰਚਦੀ ਹਰਜੀਤ ਦੀ ਖੁਰਾਕ 3-4 ਬੰਦਿਆਂ ਦੇ ਬਰਾਬਰ ਸੀ। 6-7 ਕਿਲੋ ਦੁੱਧ ਰੋਜ਼ਾਨਾ ਨਾ ਪੀਤੇ ਬਿਨਾਂ ਉਸਨੂੰ ਖੋਜ ਹੀ ਪੈਂਦੀ ਰਹਿੰਦੀ ਸੀ। ਫਲ ਫਰੂਟ, ਸਬਜ਼ੀ, ਦਹੀਂ, ਲੱਸੀ ਸਾਰਾ ਦਿਨ ਹੀ ਹੱਥ ਅਤੇ ਮੂੰਹ ਚੱਲਦੇ ਰਹਿੰਦੇ ਸਨ। ਚੰਗੇ ਚੰਗੇ ਕਬੱਡੀ ਟੂਰਨਾਮੈਂਟ ਦੇ ਵਿੱਚ ਉਹ ਆਪਣੇ ਸਾਥੀਆਂ ਸਮੇਤ ਪੁੱਜਦਾ ਅਤੇ ਉਸ ਨੇ ਮਾਲਵੇ ਦੇ ਕਈ ਵੱਡੇ ਟੂਰਨਾਮੈਂਟ, ਕੋਠਾ ਗੁਰੂ, ਢੀਮਾ ਵਾਲੀ ਅਤੇ ਕਾਫ਼ੀ ਪਿੰਡਾਂ 'ਚੋਂ ਇਨਾਮ ਜਿੱਤ ਕੇ ਆਪਣੇ ਨਾਮ ਕੀਤੇ। ਹਰਜੀਤ ਬਰਾੜ ਬਾਜਾਖਾਨਾ ਨੇ ਪੰਜਾਬ ਵਿੱਚ ਹੀ ਨਹੀਂ ਬਾਹਰਲੀ ਧਰਤੀ 'ਤੇ ਵੀ ਖੇਡ ਕਬੱਡੀ ਦਾ ਨਾਮ ਰੋਸ਼ਨ ਕੀਤਾ। ਹਰਜੀਤ ਨੇ ਆਪਣੀ ਖੇਡ ਕਬੱਡੀ ਦੇ ਨਾਲ ਕੈਨੇਡਾ ਦੇ ਪੰਜਾਬੀਆਂ ਦਾ ਵੀ ਦਿਲ ਜਿੱਤ ਲਿਆ। ਹਰਜੀਤ ਨੇ ਇੰਗਲੈਂਡ, ਕੈਨੇਡਾ, ਅਮੈਰੀਕਾ, ਪਾਕਿਸਤਾਨ ਨਾਲ ਵੀ ਮੈਚ ਖੇਡੇ। ਹਰਜੀਤ ਨੇ ਕੈਨੇਡਾ ਵਿਖੇ 1996 ਦੇ ਵਿੱਚ ਪਾਕਿਸਤਾਨ ਦੇ ਵਿਰੁੱਧ ਖੇਡਿਆ 1-1 ਰੇਡ ਤੋਂ 1-1 ਲੱਖ ਰੁਪਏ ਦਾ ਇਨਾਮ ਜਿੱਤ ਕੇ ਆਪਣੇ ਨਾਮ ਕੀਤਾ। 16 ਅਪ੍ਰੈਲ 1998 ਹੱਸਦਾ, ਖੇਡਦਾ, ਨੱਚਦਾ, ਟੱਪਦਾ ਹਰਜੀਤ ਬਰਾੜ ਬਾਜਾਖਾਨਾ ਤਲਵਾਰ ਕੌਂਕੇ, ਕੇਵਲ ਸਿੰਘਾ ਅਤੇ ਕੇਵਲ ਲੋਪੋ ਨਾਲ ਜਿਪਸੀ ਦੇ ਵਿੱਚ ਸਵਾਰ ਹੋ ਕੇ ਦਿੱਲੀ ਵੱਲ ਜਾ ਰਹੇ ਸੀ ਅਤੇ ਮੋਰਿੰਡੇ ਦੇ ਨੇੜੇ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਜਿਸ ਦੌਰਾਨ ਮੌਕੇ 'ਤੇ ਹੀ ਹਰਜੀਤ ਬਰਾੜ ਦੀ ਮੌਤ ਹੋ ਗਈ। ਜਿੱਥੇ ਇਸ ਦੁੱਖ ਵਾਲੀ ਖਬਰ ਨੂੰ ਸੁਣ ਕੇ ਪਿੰਡ ਬਾਜਾਖਾਨਾ ਰੋ ਰਿਹਾ ਸੀ, ਉੱਥੇ ਹਰ ਜਗ੍ਹਾ ਰਹਿ ਰਹੇ ਕਬੱਡੀ ਪ੍ਰੇਮੀ ਵੀ ਹਰਜੀਤ ਨੂੰ ਯਾਦ ਕਰਕੇ ਰੋ ਰਹੇ ਸੀ। ਉਸ ਵਿਛੜੇ ਹੋਏ ਕਬੱਡੀ ਦੇ ਮਹਾਨ ਖਿਡਾਰੀ ਨੂੰ ਵਿਰਸਾ ਟੀਵੀ ਵੀ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਅੱਜ ਲਈ ਇੰਨਾ ਹੀ ਅਤੇ ਮਿਲਦੇ ਹਾਂ ਹੋਰ ਵੀਡੀਓ ਨਾਲ ਜਲਦੀ ਹੀ। ਜਿਹਨਾਂ ਨੇ ਸਾਡਾ ਵਿਰਸਾ ਟੀਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਤੁਸੀਂ ਦੇਖ ਰਹੇ ਹੋ ਵਿਰਸਾ ਟੀਵੀ। ਸਾਡੀਆਂ ਨਵੀਂ ਅਪਡੇਟ ਦੇਖਣ ਦੇ ਲਈ ਵਿਰਸਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਦਬਾ ਦਿਓ ਬੈਲ ਦਾ ਆਈਕਾਨ।